एक होर नवा साल चढ़ गया दा अगला भाग पन्ना नंबर 13 तो कोई मुश्किल नहीं आनी बंतिया। आपा रिक्शे उत्ते बैठे होवांगे ते रिक्शा चलदा जाऊ ते रिक्शा चलदा जाऊ आपे। भली लोग भी साडे नाल ही जाया करूंगे गुरुद्वारे। हुण एवें जुल्ली विच वड़ी रहिंदी है। बंदे ने भारे कपड़े पाए होण तां की कहिंदी है सर्दी, पर बंतिया मेरे कपड़े ही ता नहीं ना काफी। कुछ खान पीन नू भी होना चाहिदा बंदे कोल। लै कमलिए गल्लां करन लग पए है तू ता। खवावांगे अपनी भली लोक नू रज के। उदों ता वाह वाह सी, हुण पता नहीं की हुंदा जांदा उसनू। बस निगरदी ही जांदी है। चल लंघ गई है औखी घड़ी। हुण ता थोड़े दिनां दी गल है, फिर आपां वी अमीर हो जाणा। ओह किवें बंतिया मैनू की पता। ਇਹਨਾਂ ਭਾਈ ਹੋਰਾਂ ਨੂੰ ਪੁੱਛਣਾ ਜਿਹੜੇ ਬੈਠੇ ਹੋਏ ਨੇ ਮੇਰੀ ਰਿਕਸ਼ਾ ਦੀ ਨਰਮ ਨਰਮ ਗੱਦੀ ਉੱਤੇ। ਤਾਂ ਫਿਰ ਤੂੰ ਐਵੇਂ ਨਾ ਬੋਲੀ ਜਾਇਆ ਕਰ ਜਿੰਨਾ ਚਿਰ ਤੈਨੂੰ ਆਪ ਨੂੰ ਨਾ ਪਤਾ ਹੋਵੇ। ਰੋਕ ਰਿਕਸ਼ਾ ਤੇ ਫੜ 8 ਆਨੇ ਤੇ ਪਾ ਬੋਝੇ ਵਿੱਚ। ਹੋ ਗਿਆ ਨਾ 1.5 ਰੁਪਈਆ ਸਵੇਰੇ ਸਵੇਰੇ। ਹਾਲੀ ਨਵੇਂ ਸਾਲ ਦਾ ਸੂਰਜ ਵੀ ਨਹੀਂ ਚੜਿਆ। ਕਿਵੇਂ ਚੜੇਗਾ ਨਵੇਂ ਸਾਲ ਦਾ ਸੂਰਜ ਐਨੀ ਧੁੰਦ ਵਿੱਚ। ਮੈਨੂੰ ਨਾ ਪੁੱਛ ਤੂੰ ਕੁਝ ਵੀ, ਇਸ ਵੇਲੇ ਕੰਮ ਦਾ ਵੇਲਾ ਹੈ। ਐਵੇਂ ਗੱਲਾਂ ਵਿੱਚ ਨਾ ਲਾਈ ਰੱਖ। ਅੱਜ ਮੈਂ ਬਹੁਤ ਪੈਸੇ ਕਮਾਉਣੇ ਹੈ, ਫਿਰ ਸਾਰਾ ਸਾਲ ਬਰਕਤ ਰਹੂ ਆਪਣੀ ਕਮਾਈ ਵਿੱਚ। ਆਓ ਜੀ ਭੈਣ ਜੀ ਬੈਠੋ, ਬੱਸਾਂ ਦੇ ਅੱਡੇ ਲੈ ਚੱਲਣੇ ਆ। ਕਿੰਨੇ ਪੈਸੇ? 75 ਪੈਸੇ। 60 ਲੈਣੇ? ਨਹੀਂ ਜੀ, ਜਾ ਤੇਰੀ ਮਰਜ਼ੀ। ਚੰਗਾ ਜੀ, 70 ਲੈ ਲੈ, ਹੋਰ ਕੀ। ਚਲੋ ਬੈਠੋ। ਇਹਨੂੰ ਮੈਂ ਵੇਖਿਆ ਹੋਇਆ ਪਹਿਲਾਂ ਕਿਤੇ। ਪਰਸੋਂ ਇੱਕ ਕੁੜੀ ਉਤਰੀ ਸੀ ਬੱਸ ਵਿੱਚੋਂ, ਮੈਂ ਹੀ ਲਿਆਇਆ ਸੀ ਉਹਨੂੰ ਇਸ ਗਲੀ ਤਿੱਕ। ਉਹਦੇ ਹੱਥ ਵਿੱਚ ਤਾਂ ਸਿਤਾਰ ਸੀ, ਕੱਪੜੇ ਵਿੱਚ ਲਪੇਟੀ ਹੋਈ। ਇਹਦੇ ਕੋਲ ਤਾਂ ਹੁਣ ਬਸ ਇੱਕ ਪਰਸ ਜਿਹਾ ਹੀ ਹੈ, ਵੱਡਾ ਸਾਰਾ। ਖਬਰੇ ਹੋਊ ਹੀ ਕੁੜੀ ਹੈ। ਚੱਲ ਤੈਨੂੰ ਕੀ ਬੰਤਿਆ, ਤੂੰ ਆਪਣਾ ਰਿਕਸ਼ਾ ਚਲਾ। ਕਈ ਆਉਂਦੇ ਹੈ ਤੇ ਕਈ ਚਲੇ ਜਾਂਦੇ ਹੈ ਥੋੜੇ ਚਿਰ ਪਿੱਛੋਂ। ਜਿਹੜੀ ਸਵਾਰੀ ਮੇਰੇ ਰਿਕਸ਼ਾ ਵਿੱਚ ਬੈਠ ਜਾਂਦੀ ਹੈ ਬਸ ਉਹਦੀ ਰੱਖਿਆ ਕਰਨਾ ਜ਼ਰੂਰ ਮੈਂ ਆਪਣਾ ਫਰਜ਼ ਸਮਝਦਾ। ਦੋ ਕੁੜੀਆਂ ਜਾਂਦੀਆਂ ਹੁੰਦੀਆਂ ਨੇ ਨਾ ਰੋਜ਼ ਸਵੇਰੇ ਮੇਰੇ ਰਿਕਸ਼ਾ ਵਿੱਚ ਆਪਣੇ ਸਕੂਲ ਨੂੰ। ਮਹੀਨਾ ਕੀਤਾ ਹੋਇਆ ਹੈ ਮੈਂ ਉਹਨਾਂ ਨਾਲ। ਸਵੇਰੇ ਛੱਡ ਆਉਂਦਾ, ਸ਼ਾਮ ਨੂੰ ਲੈ ਆਉਂਦਾ। 10ਵੀਂ ਵਿੱਚ ਪੜ੍ਹਦੀਆਂ ਨੇ, ਖੋਰੇ 11ਵੀਂ ਵਿੱਚ। ਬੜੀਆਂ ਬੀਬੀਆਂ ਕੁੜੀਆਂ ਨੇ ਉਹ ਦੋਵੇਂ। ਪਰ ਇੱਕ ਦਿਨ ਬੜੀ ਅਜੀਬ ਗੱਲ ਹੋਈ। ਸ਼ਾਮ ਨੂੰ ਮੈਂ ਉਹਨਾਂ ਨੂੰ ਸਕੂਲੋਂ ਘਰ ਲਿਆ ਰਿਹਾ ਸੀ ਕਿ ਰਸਤੇ ਵਿੱਚ ਦੋ ਮੁੰਡਿਆਂ ਨੇ ਪਿੱਛੇ ਸਾਈਕਲ ਲਾ ਦਿੱਤੇ। ਕਾਲਜ ਦੇ ਹੀ ਹੋਣਗੇ ਉਹ ਮੁੰਡੇ, ਬੜੇ ਸ਼ਰਾਰਤੀ ਲੱਗਦੇ ਸਨ ਉਹ। ਥੋੜੇ ਚਿਰ ਪਿੱਛੋਂ ਇੱਕ ਮੁੰਡਾ ਰਿਕਸ਼ਾ ਦੇ ਖੱਬੇ ਪਾਸੇ ਹੋ ਗਿਆ ਤੇ ਦੂਸਰਾ ਸੱਜੇ ਪਾਸੇ। ਮੈਂ ਦਿਲ ਵਿੱਚ ਧਾਰ ਲਈ ਕਿ ਜੇ ਕਿਸੇ ਮੁੰਡੇ ਨੇ ਸ਼ਰਾਰਤ ਕੀਤੀ ਤਾਂ ਮੈਂ ਫੜ ਲਾਂਗਾ ਉਸਨੂੰ। ਮੈਂ ਇਕੱਲਾ ਹੀ ਬੜਾ ਸੀ ਉਹਨਾਂ ਦੋਨਾਂ ਲਈ। ਇੱਕ ਜਣੇ ਨੇ ਗੀਤ ਗਾਉਣਾ ਸ਼ੁਰੂ ਕੀਤਾ, ਦੂਸਰੇ ਨੇ ਵੀ ਉਸਦਾ ਸਾਥ ਦਿੱਤਾ। ਮੈਂ ਪਿੱਛੇ ਮੁੜ ਕੇ ਦੇਖਿਆ, ਮੈਨੂੰ ਬੜਾ ਗੁੱਸਾ ਆਇਆ। ਇਹ ਭਲਾ ਕੀ ਗੱਲ ਹੋਈ? ਬਸ ਮੇਰਾ ਗੁੱਸਾ ਸਿਰ ਨੂੰ ਚੜ ਗਿਆ। ਮੈਂ ਰਿਕਸ਼ਾ ਰੋਕ ਲਿਆ ਤੇ ਉਤਰ ਕੇ ਇੱਕ ਜਣੇ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਉਹ ਸਾਈਕਲ ਤੇਜ਼ ਕਰਕੇ ਨਿਕਲ ਗਿਆ। ਦੂਸਰੇ ਵੱਲ ਮੈਂ ਹੋਣ ਹੀ ਲੱਗਾ ਸੀ ਕਿ ਉਹਨੇ ਮੇਰੀ ਧੌਣ ਉੱਤੇ ਮੁੱਕਾ ਮਾਰਿਆ ਤੇ ਖਿਸਕ ਗਿਆ। ਮੈਂ ਉਸ ਨੂੰ ਤਾਂ ਦੌੜ ਕੇ ਵੀ ਫੜ ਲੈਂਦਾ, ਪਰ ਇੱਕ ਕੁੜੀ ਕਹਿਣ ਲੱਗੀ, ਤੈਨੂੰ ਕਿੰਨੇ ਕਿਹਾ ਸੀ ਰਿਕਸ਼ਾ ਰੋਕਣ ਲਈ? ਐਵੇਂ ਲੋਕਾਂ ਨੂੰ ਤਮਾਸ਼ਾ ਦਿਖਾਉਣ ਲੱਗਾ ਹੈ। ਦੂਸਰੀ ਬੋਲੀ, ਅੱਜ ਮੈਂ ਕਹਾਂਗੀ ਪਾਪਾ ਨੂੰ ਰਿਕਸ਼ਾ ਬਦਲ ਦਿਓ। ਤੇ ਹੋਰ ਕੀ, ਮੈਂ ਫਿਰ ਰਿਕਸ਼ਾ ਚਲਾਉਣ ਲੱਗ ਪਿਆ। ਮੈਨੂੰ ਕੁਝ ਸਮਝ ਨਹੀਂ ਸੀ ਆ ਰਹੀ ਕਿ ਮੈਂ ਕੀ ਸੋਚਾਂ ਤੇ ਕੀ ਨਾ ਸੋਚਾਂ। ਸੋਚਣਾ ਕੋਈ ਜ਼ਰੂਰੀ ਤਾਂ ਨਹੀਂ ਬੰਤਿਆ, ਬੰਦਾ ਆਪਣਾ ਕੰਮ ਕਰਦਾ ਜਾਏ, ਸੋਚਣ ਦੀ ਕੀ ਲੋੜ ਹੈ। ਹੋਰ ਲੱਗਾ ਲਗਾਇਆ ਮਹੀਨਾ ਤੂੰ ਹੱਥੋਂ ਗਵਾਉਣ ਲੱਗਾ ਸੀ। ਇਹ ਤਾਂ ਸੀ ਨਾ ਗੱਲ ਇਹਨਾਂ ਬੀਬੀਆਂ ਕੁੜੀਆਂ ਦੀ। ਅੱਜ ਛੁੱਟੀ ਹੈ ਨਾ ਸਕੂਲ ਵਿੱਚ, ਇਸ ਲਈ ਮੈਂ ਉੱਧਰ ਨਹੀਂ ਗਿਆ। ਸਾਰਾ ਦਿਨ ਅੱਜ ਆਪਣੇ ਕੋਲ ਹੈ, ਪਰ ਬੱਸਾਂ ਦਾ ਅੱਡਾ ਨੇੜੇ ਆ ਗਿਆ। ਪੁੱਛ ਹੀ ਨਾ ਲਵਾਂ ਇਹਨੂੰ ਕਿ ਪਰਸੋਂ ਮੇਰੀ ਰਿਕਸ਼ਾ ਵਿੱਚ ਹੀ ਆਈ ਸੀ ਨਾ। ਚੱਲ ਪੁੱਛ ਲੈ, ਪੁੱਛਣ ਦਾ ਕੀ ਹਰਜ ਹੈ। ਪਰ ਨਹੀਂ, ਕੀ ਲੋੜ ਪਈ ਹੈ ਤੈਨੂੰ ਪੁੱਛਣ ਦੀ? ਕੋਈ ਹੋਵੇ, ਆਪਾਂ ਪੈਸੇ ਖਰੇ ਕਰਨੇ ਆਪਣੇ। ਜਦੋਂ ਸਿਤਾਰ ਵਜਾਉਂਦੀ ਹੋਵੇਗੀ ਤਾਂ ਬਹੁਤ ਹੀ ਚੰਗੀ ਲੱਗਦੀ ਹੋਵੇਗੀ। ਮੇਰਾ ਮਤਲਬ ਹੈ ਸਿਤਾਰ ਬਹੁਤ ਚੰਗੀ ਵਜਾਉਂਦੀ ਹੋਵੇਗੀ।
ਅੱਡੇ ਦੇ ਅੰਦਰ ਲੈ ਚੱਲਾਂ ਭੈਣ ਜੀ? ਹਾਂ, ਜਿੱਥੇ ਜਲੰਧਰ ਦੀਆਂ ਬੱਸਾਂ ਖੜੀਆਂ ਹੁੰਦੀਆਂ ਨੇ। ਤੁਸੀਂ ਪਰਸੋਂ ਵੀ ਜਲੰਧਰੋਂ ਹੀ ਆਏ ਸੀ, ਕਿਉਂ ਕੀ ਗੱਲ ਹੈ? ਉਸ ਦਿਨ ਤੁਹਾਡੇ ਕੋਲ ਸਿਤਾਰ ਵੀ ਸੀ ਕੱਪੜੇ ਵਿੱਚ ਲਪੇਟੀ ਹੋਈ। ਸਿਤਾਰ? ਉਹ ਹੱਸ ਪਈ, ਉਹ ਤਾਂ ਤਾਨਪੁਰਾ ਸੀ। ਅੱਛਾ, ਆਪਾਂ ਨੂੰ ਕੀ ਪਤਾ ਲੱਗਦਾ? ਬਸ ਰੋਕ ਦੇ ਇੱਥੇ ਹੀ। ਮੈਂ ਬ੍ਰੇਕਾਂ ਲਾ ਦਿੱਤੀਆਂ। ਉਸਨੇ ਸੀਟ ਉੱਤੇ ਬੈਠੇ ਬੈਠੇ ਹੀ ਪਰਸ ਖੋਲ੍ਹਿਆ ਤੇ ਪੰਜਾਂ ਦਾ ਨੋਟ ਮੇਰੇ ਵੱਲ ਵਧਾਇਆ। ਮੇਰੇ ਕੋਲ ਬਾਕੀ ਪੈਸੇ ਨਹੀਂ ਸਨ। ਉਸਨੇ ਇੱਧਰ ਉੱਧਰ ਦੇਖਿਆ ਤੇ ਫਿਰ ਅਖਬਾਰਾਂ ਰਸਾਲਿਆਂ ਦੀ ਦੁਕਾਨ ਵੱਲ ਨੂੰ ਹੋ ਗਈ। ਹਾਲੀ ਉਸਨੇ ਦੋ ਤਿੰਨ ਉਲਾਂਘਾਂ ਹੀ ਪੁੱਟੀਆਂ ਸਨ ਕਿ ਇੱਕ ਕੁੜੀ ਨੇ ਦੌੜ ਕੇ ਉਸਦੀ ਬਾਂਹ ਫੜ ਲਈ। ਕਿੱਥੇ ਦੌੜੀ ਜਾਣੀ ਹੈ ਬੱਲੀਏ? ਹਾਏ, ਮੈਂ ਮਰ ਗਈ। ਤੂੰ ਇੱਥੇ ਕਿੱਥੇ? ਕਿਉਂ, ਮੈਂ ਨਹੀਂ ਆ ਸਕਦੀ ਇੱਥੇ? ਨਹੀਂ, ਤੂੰ ਤਾਂ ਵਿਆਹ ਵੀ ਕਰਵਾ ਲਿਆ ਏ, ਮੁਬਾਰਕ। ਹਾਂ, ਤੈਨੂੰ ਆਪਣੇ ਉਸ ਨਾਲ ਮਿਲਾਵਾਂ। ਠਹਿਰ, ਮੈਂ ਇਸ ਨੂੰ ਪੈਸੇ ਦੇ ਲਵਾਂ। ਕਿੰਨੇ ਦੇਣੇ? ਮੇਰੇ ਕੋਲ ਹੈਗੇ ਨੇ ਟੁੱਟੇ ਹੋਏ 70, ਪਰ ਮੈਂ ਉੱਥੋਂ ਤੁੜਾ ਲੈਨੀ ਆ। ਨਹੀਂ, ਫਿਰ ਕੀ ਹੋਇਆ? ਚੱਲ ਚੱਲੀ ਕਿੱਥੇ ਹੈ? ਜਲੰਧਰ ਰੇਡੀਓ ਸਟੇਸ਼ਨ ਤੋਂ ਮੇਰਾ ਪ੍ਰੋਗਰਾਮ ਹੈ ਅੱਜ ਸ਼ਾਮ ਨੂੰ। ਅੱਛਾ, ਕਾਲਜ ਦੇ ਦਿਨਾਂ ਵਾਲਾ ਸ਼ੌਂਕ ਹਾਲੀ ਵੀ ਜਾਰੀ ਹੈ ਤੇਰਾ? ਹੁਣ ਤਾਂ ਕੁਝ ਹੋਰ ਹੀ ਵੱਧ ਗਿਆ ਹੈ। ਪਰਸੋਂ ਪ੍ਰੋਗਰਾਮ ਦੇ ਕੇ ਆਈ ਤਾਨਪੁਰੇ ਉੱਤੇ, ਕੱਲ ਫਿਰ ਤਾਰ ਆ ਗਈ ਕਿ ਨਵੇਂ ਸਾਲ ਦੇ ਸਿਲਸਿਲੇ ਵਿੱਚ ਕੋਈ ਵਿਸ਼ੇਸ਼ ਫੀਚਰ ਹੋਣਾ ਹੈ ਗਾਣਿਆਂ ਦਾ। ਤੂੰ ਵੀ ਚੱਲ ਆਪਣੇ ਰਾਹ ਬੰਤਿਆ, ਪੈਸੇ ਤਾਂ ਤੈਨੂੰ ਮਿਲ ਹੀ ਗਏ ਨੇ, ਫਿਰ ਕਿਉਂ ਖੜਾ ਏ ਉਤਾਂਹ ਵਾਂਗ ਮੂੰਹ ਚੁੱਕੀ? ਹੁਣ ਤਾਂ ਚਾਹ ਪੀ ਲੈ, 8:30 ਵੱਜਣ ਲੱਗੇ। ਐਵੇਂ ਤੂੰ ਜਿੱਦੇ ਪੈ ਗਿਆ ਕਰਕੇ ਚਾਹ ਪੀਣੀ ਹੀ ਨਹੀਂ। ਫਿਰ ਕੀ ਹੋਇਆ ਜੇ ਭਲੀ ਲੋਕ ਨੇ ਬੈੱਡ ਟੀ ਨਹੀਂ ਸੀ ਦਿੱਤੀ ਬਣਾ ਕੇ? ਅੱਗੋਂ ਸੁਣਨ ਲਈ ਨੈਕਸਟ ਵੀਡੀਓ 'ਤੇ ਕਲਿੱਕ ਕਰੋ। ਵੀਡੀਓ 'ਤੇ ਕਲਿੱਕ